ਸਤਿਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ, ਸਵਾਗਤ ਹੈ ਤੁਹਾਡਾ ਜੀ। ਮਿਹਰਬਾਨੀ ਜੀ, ਸਾਰੇ ਜੁੜੇ ਹੋਏ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਦੋਸਤੋ, ਅਹਿਮ ਖਬਰਾਂ ਦੇ ਨਾਲ ਤੁਹਾਡੀ ਸਾਂਝ ਪਵਾਵਾਂਗੇ। ਇੱਕ ਖਬਰ ਆਮ ਆਦਮੀ ਪਾਰਟੀ ਨੂੰ ਲੈ ਕੇ, ਯਾਨੀ ਕਿ ਲੋਕ ਸਭਾ ਦੀ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਸੰਕਟ। ਕੀ ਇਹ ਕਿ ਸਰਕਾਰ ਜਾ ਸਕਦੀ ਹੈ, ਸਰਕਾਰ ਟੁੱਟ ਸਕਦੀ ਹੈ? ਦੂਜਾ ਹੈਗਾ ਸ਼੍ਰੋਮਣੀ ਅਕਾਲੀ ਦਲ, ਜਿਸ ਤਰੀਕੇ ਦੇ ਨਾਲ ਇੱਕ ਵਾਰ ਫਿਰ ਅਕਾਲੀ ਦਲ ਦੇ ਵਿੱਚ ਬਗਾਵਤਾਂ ਉੱਠੀਆਂ ਨੇ, ਇਹ ਆਖਿਰ ਅਕਾਲੀ ਦਲ ਦੀ ਜਿਹੜੀ ਪੋਲੀਟਿਕਸ ਹੈ, ਅਕਾਲੀ ਰਾਜਨੀਤੀ ਹੈ, ਇਹ ਕਿਸ ਪਾਸੇ ਵੱਲ ਜਾ ਰਹੀ ਹੈ, ਉਹਦੇ 'ਤੇ ਗੱਲ ਕਰਾਂਗੇ। ਤੀਜੀ ਗੱਲ ਕਰਾਂਗੇ ਬੀਜੇਪੀ, ਲਗਾਤਾਰ ਵੱਡੇ ਜਿਹੜੇ ਬੀਜੇਪੀ ਦੇ ਦਿੱਗਜ ਨੇਤਾ ਨੇ ਉਹ ਪੰਜਾਬ ਦੇ ਵਿੱਚ ਨੇ। ਵੈਸੇ ਤਾਂ ਸਾਰੀ ਹੀ ਪਾਰਟੀਆਂ ਦੀ ਜਿਹੜੀ ਹਾਈਕਮਾਂਡ ਹੈ ਉਹ ਪੰਜਾਬ ਦੇ ਵਿੱਚ ਹੈ, ਤੇ ਬੀਜੇਪੀ ਦੀ ਗੱਲ ਕਰਨੀ ਇਸ ਕਰਕੇ ਜ਼ਰੂਰੀ ਬਣ ਜਾਂਦੀ ਹੈ, ਸੱਤਾਧਾਰੀ ਧਿਰ ਹੈ ਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ। ਕਿਸਾਨਾਂ ਨੇ ਅੱਜ ਇੱਕ ਵੱਡਾ ਫੈਸਲਾ ਹੋਰ ਬੀਜੇਪੀ ਦੇ ਖਿਲਾਫ ਲੈ ਲਿਆ, ਕੀ ਉਹ ਫੈਸਲਾ, ਉਹਦੇ ਨਾਲ ਤੁਹਾਡੀ ਸਾਂਝ ਪਵਾਵਾਂਗੇ। ਪਰ ਸਭ ਤੋਂ ਪਹਿਲਾਂ ਧਾਲੀਵਾਲ ਸਾਹਿਬ, ਸ਼੍ਰੋਮਣੀ ਅਕਾਲੀ ਦਲ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਿਹੜੇ ਇੱਕ ਵੱਡਾ ਨਾਮ ਨੇ ਪੋਲੀਟਿਕਸ ਦੇ ਵਿੱਚ, ਆਪਣਾ ਵੀ ਇੱਕ ਉਹਨਾਂ ਦਾ ਅਸਰ ਰਸੂਖ ਪੋਲੀਟਿਕਸ ਦੇ ਵਿੱਚ ਹੈਗਾ ਉਸ ਪਰਿਵਾਰ ਦਾ, ਕਿਉਂਕਿ ਵੱਡੇ ਪਰਿਵਾਰ ਦੇ ਨਾਲ ਉਹਨਾਂ ਦਾ ਨਾਮ ਜੁੜਦਾ ਜਾ ਕੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਜਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਉਸ ਪਰਿਵਾਰ ਦੇ ਨਾਲ ਇੱਕ ਉਹਨਾਂ ਦਾ ਬੜਾ ਗੂੜਾ ਤੇ ਗਹਿਰਾ ਨਾਤਾ, ਪਿਛਲੇ ਦਿਨੀ ਪਾਰਟੀ ਦੇ ਵਿੱਚੋਂ ਬਾਹਰ ਕੱਢਤਾ ਗਿਆ। ਤਮਾਮ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਏਦਾਂ ਹੋਣਾ ਨਹੀਂ ਚਾਹੀਦਾ, ਤੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਨੇ ਖੁਸ਼ੀ ਵੀ ਮਨਾਈ। ਜਿਵੇਂ ਵਿਰਸਾ ਸਿੰਘ ਬਲਟੋਹਾ ਕਹਿੰਦੇ ਕਿ ਅੱਜ ਤਾਂ ਪ੍ਰਧਾਨ ਜੀ ਦਿਲ ਜਿੱਤ ਲਿਆ, ਤੁਸੀਂ ਜਿਹੜਾ ਆਹ ਫੈਸਲਾ ਲਿਆ, ਅਕਾਲੀ ਪੋਲੀਟਿਕਸ ਨੂੰ ਤੁਸੀਂ ਸਮਝਦੇ ਹੋ, ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹੋ ਕਿਹੜੀ ਡਿਵੈਲਪਮੈਂਟਸ ਹੋਈਆਂ ਜਾਂ ਕਿਵੇਂ ਡਾਊਨਫੋਲ ਆਇਆ, ਜਾਂ ਜੋ ਆਪਣੇ ਆਪ ਨੂੰ ਅੱਗੇ ਵਧਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਤਰੀਕੇ ਦੇ ਨਾਲ ਜਦੋਂ ਜਿਹੇ ਦਾ ਉਹ ਤੁਸੀਂ ਦੇਖ ਰਹੇ ਹੋ। ਸੋ ਜਿਹੜੀ ਆਹ ਨਵੀਂ ਡਿਵੈਲਪਮੈਂਟ ਹੋਈ, ਧਾਲੀਵਾਲ ਸਾਹਿਬ ਕੀ ਰਾਏ ਸੁਖਬੀਰ ਦੇ ਜੀ? ਜੀ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਨੇ, ਇਹ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤਾ, ਇਹਨਾਂ ਦੇ ਦਾਦਾ ਜੀ ਸੀ, ਉਹ ਬਾਦਲ ਪਰਿਵਾਰ ਨਾਲ ਰਿਸ਼ਤੇਦਾਰੀ ਹੋ ਗਈ। ਇਹ ਕਹਿ ਲਓ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਬੇਟੀ, ਇਹਨਾਂ ਨੂੰ ਵੀ ਆਈ ਗਈ। ਤੇ ਜੇ ਥੋੜਾ ਜਿਹਾ ਪਿਛੋਕੜ ਚ ਜਾਈਏ ਤਾਂ ਇਹ ਹੈ ਕਿ ਕਾਫੀ ਸਮੇਂ ਤੋਂ ਲੱਗ ਰਿਹਾ ਹੈ ਕਿ ਸੰਕੇਤ ਨੇ ਕਿ ਸੁਖਬੀਰ ਬਾਦਲ ਤੇ ਆਦੇਸ਼ ਪ੍ਰਤਾਪ ਕੈਰੋਂ ਦੀ ਜਿਹੜੀ ਆਪਸੀ ਤਾਲਮੇਲ ਹੈ ਸਿਆਸੀ, ਉਹ ਕੋਈ ਬਹੁਤ ਅੱਛਾ ਨਹੀਂ ਹੈ। ਪ੍ਰੰਤੂ ਜਿੰਨਾ ਚਿਰ ਵੱਡੇ ਬਾਦਲ ਸਾਹਿਬ ਜਿਉਂਦੇ ਸੀ, ਮੇਰਾ ਖਿਆਲ ਉਹਨਾਂ ਨੇ ਸੁਖਬੀਰ ਨੂੰ ਰੋਕਿਆ ਹੋਏਗਾ ਕਿ ਬਤੌਰ ਡਿਪਟੀ ਮੁੱਖ ਮੰਤਰੀ ਤੁਸੀਂ ਇੱਦਾਂ ਦੇ ਮਹਿਕਮੇ 'ਚ ਦਖਲ ਨਹੀਂ ਦੇਣਾ, ਕਿਉਂਕਿ ਕਦੇ ਵੀ ਇੱਦਾਂ ਦੀ ਕੋਈ ਖਬਰ ਨਹੀਂ ਆਈ। ਪ੍ਰੰਤੂ ਇਹ ਇੱਦਾਂ ਦੇ ਸੰਕੇਤ ਹੈਗੇ ਨੇ ਕਿ ਬਹੁਤ ਥਾਵਾਂ 'ਤੇ ਆਦੇਸ਼ ਪ੍ਰਤਾਪ ਨੇ ਜਿੱਦ ਕਰਕੇ ਜਿਹੜਾ ਅਫਸਰ ਉਹਨਾਂ ਨੇ ਲਾਉਣਾ ਸੀ, ਜਿਹੜਾ ਨਹੀਂ ਛੱਡਣਾ ਸੀ, ਉਹ ਸਰਕਾਰ ਹੁੰਦੇ ਸਮੇਂ ਵੀ ਉਹ ਇਸ ਤਰ੍ਹਾਂ ਦਿਖਾਉਂਦੇ ਰਹੇ ਨੇ ਕਿ ਮੇਰੇ ਹਲਕੇ 'ਚ ਜਾਂ ਮੇਰੇ ਮਹਿਕਮੇ 'ਚ ਮੇਰੀ ਹੀ ਡਿਸੀਜਨ ਮੇਕਿੰਗ, ਜਿਹੜਾ ਫੈਸਲਾ ਲੈਣਾ ਉਹ ਮੈਂ ਹੀ ਲਊਂਗਾ, ਮੇਰੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਹੋਊਗਾ। ਪ੍ਰੰਤੂ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋਈ, ਮੈਂ ਉਦੋਂ ਵੀ ਇਹ ਗੱਲ ਕਿਤੇ ਉਠਾਈ ਸੀ ਕਿ ਜਿਸ ਕਿਸਮ ਨਾਲ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਦੇਖੀ ਗਈ ਉਸ ਸਮੇਂ
ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਨੂੰ, ਆਦੇਸ਼ ਪ੍ਰਤਾਪ ਸਿੰਘ ਦੀ ਪਤਨੀ ਨੂੰ, ਕਿਉਂਕਿ ਉਹਨਾਂ ਦੇ ਇੱਕ ਬੇਟਾ ਇੱਕ ਬੇਟੀ ਸੀ ਪ੍ਰਕਾਸ਼ ਸਿੰਘ ਬਾਦਲ ਦੇ, ਜੇ ਤੁਹਾਡੇ ਯਾਦ ਹੋਵੇ ਉਨੀ ਪੋਜੀਸ਼ਨ ਉਹਨੂੰ ਮਿਲੀ ਨਹੀਂ ਕਿਤੇ, ਕੈਮਰੇ ਤੇ ਉਹ ਉਸ ਤਰ੍ਹਾਂ ਉਸ ਕਿਸਮ ਨਾਲ ਦਿਖਾਈ ਨਹੀਂ ਦਿੱਤਾ ਕਿ ਉਹ ਵੀ ਪਰਿਵਾਰ ਦੇ ਇੰਨੇ ਨੇੜੇ ਦੇ ਮੈਂਬਰ, ਜਿੱਥੋਂ ਅੰਦਾਜ਼ਾ ਸਿੱਧਾ ਸਿੱਧਾ ਲੱਗ ਰਿਹਾ ਸੀ ਕਿ ਸ਼ਾਇਦ ਸੁਖਬੀਰ ਬਾਦਲ ਨਾਲ ਕੋਈ ਕਿਤੇ ਨਾ ਕਿਤੇ ਕੋਈ ਪਰਿਵਾਰਕ ਤੌਰ ਤੇ ਸਾਰਾ ਕੁਛ ਠੀਕ ਨਹੀਂ ਹੈਗਾ, ਪਰੰਤੂ ਫਿਰ ਵੀ ਇਲੈਕਸ਼ਨ ਲੜੇ, ਇਲੈਕਸ਼ਨ ਲੜਨ ਤੋਂ ਬਾਅਦ ਥੋੜੀਆਂ ਜਿਹੀਆਂ ਵੋਟਾਂ ਤੇ ਹਾਰੇ, ਅੱਛਾ ਮੁਕਾਬਲਾ ਦਿੱਤਾ ਉਹਨਾਂ ਨੇ, ਐਸਾ ਨਹੀਂ ਕਿ ਉਹਨਾਂ ਨੇ ਆਪਦੇ, ਹਾਂ ਇਹਨਾਂ ਦਾ ਜਿਹੜਾ ਆਪਾਂ ਨੂੰ ਸੰਕੇਤ ਪੜਨ ਦਾ ਮੌਕਾ ਮਿਲਿਆ ਉਦੋਂ ਮਿਲਿਆ ਕਿ ਜਦੋਂ ਆਦੇਸ਼ ਪ੍ਰਤਾਪ ਕੈਰੋਂ ਨੇ ਆਪਣਾ ਹੱਕ ਜਤਾਇਆ ਕਿ ਮੈਂ ਖੇਮ ਕਰਨ ਤੋਂ ਲੜਨਾ ਚਾਹੂੰਗਾ ਤੇ ਮੇਰੀ ਪਤਨੀ ਪੱਟੀ ਕੰਸਟੀਚੁਐਂਸੀ ਤੋਂ ਲੜਨਾ ਚਾਹੁੰਗੇ, ਉਸੇ ਸਮੇਂ ਸਮਝ ਆਈ ਕਿ ਸ਼ਾਇਦ ਬਲਟੋਹਾ ਨਾਲ ਵੀ ਕੋਈ ਪ੍ਰੋਬਲਮ ਹੈ, ਲੇਕਿਨ ਉਹ ਸੀਟ ਉਹਨਾਂ ਨੂੰ ਨਹੀਂ ਮਿਲੀ। ਨਹੀਂ ਮਿਲਦੀ ਹੋਰ ਗੱਲ ਹੈ, ਪਰੰਤੂ ਬਹੁਤ ਹੀ ਐਡਵਾਂਸ ਚ ਉਹ ਸੀਟ ਉਹਨਾਂ ਦੇ ਬਿਆਨ ਤੋਂ ਕੁਛ ਦਿਨਾਂ ਬਾਅਦ, ਕੁਛ ਚਿਰ ਬਾਅਦ ਸੁਖਬੀਰ ਬਾਦਲ ਨੇ ਪਹਿਲੀਆਂ ਚ ਅਨਾਊਂਸ ਕੀਤੀ ਕਿ ਖੇਮ ਕਰਨ ਤੋਂ ਤੇ ਸਾਡੇ ਬਲਟੋਹਾ ਸਾਹਿਬ ਹੀ ਹੋਣਗੇ ਜੀ, ਜੇ ਤੁਹਾਡੇ ਯਾਦ ਹੋਵੇ, ਮਤਲਬ ਉੱਥੋਂ ਸਮਝ ਆ ਰਹੀ ਸੀ ਵੀ ਕਿਤੇ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈ। ਹੁਣ ਜਿਹੜੀ ਪ੍ਰੋਬਲਮ ਉਹਨਾਂ ਨੂੰ ਕੱਢਣ ਤੇ ਆਈ, ਉਹਦੇ ਇਹ ਸੰਕੇਤ ਨੇ, ਪਹਿਲੀ ਗੱਲ ਤਾਂ ਇਹ ਆ ਗਈ ਕਿ ਪਰਿਵਾਰ ਦੇ ਵਿੱਚ ਸਾਰਾ ਕੁਛ ਠੀਕ ਨਹੀਂ ਹੈ। ਦੂਜੀ ਗੱਲ ਇਹ ਆ ਗਈ ਕਿ ਆਦੇਸ਼ ਪ੍ਰਤਾਪ ਕੈਰੋਂ ਦੀ ਜੋ ਪੋਜੀਸ਼ਨ ਅਕਾਲੀ ਦਲ ਚ ਪਹਿਲਾਂ ਸੀ, ਸੁਖਬੀਰ ਬਾਦਲ ਕਿਤੇ ਵੀ ਉਸ ਨੂੰ ਬਹਾਲ ਰੱਖਣ ਵਿੱਚ ਖੁਸ਼ ਨਹੀਂ, ਇਸ ਕਰਕੇ ਉਹਨਾਂ ਨੇ ਜਦੋਂ ਮੌਕਾ ਮਿਲਿਆ ਉਹਨਾਂ ਨੂੰ ਪਾਰਟੀ ਚੋਂ ਕੱਢ ਤਾ, ਲੇਕਿਨ ਪਾਰਟੀ ਚੋਂ ਕੱਢ ਕੇ ਐਕਸ਼ਨ ਵੱਡਾ ਲੈ ਲਿਆ। ਇਸ ਤੋਂ ਵੀ ਅੱਗੇ ਜਿਹੜੀ ਇਹ ਸਮੱਸਿਆ ਆਈ ਕਿ ਜਿਹੜੇ ਹੋਰ ਕੋਈ ਲੋਕ ਅਕਾਲੀ ਦਲ ਦੇ ਵਿੱਚ, ਜਿਹੜੇ ਹੋਰ ਕੋਈ ਅਕਾਲੀ ਦਲ ਦੇ ਸੀਨੀਅਰ ਲੋਕ ਬਿਲਕੁਲ ਆਦੇਸ਼ ਪ੍ਰਤਾਪ ਵਾਂਗੂ, ਆਦੇਸ਼ ਪ੍ਰਤਾਪ ਨੇ ਅਕਾਲੀ ਦਲ ਦੇ ਖਿਲਾਫ਼ ਕੋਈ ਬਿਆਨ ਨਹੀਂ ਦਿੱਤਾ, ਹਾਂ ਇਹ ਜ਼ਰੂਰ ਦੇਖਿਆ ਗਿਆ ਕਿ ਉਹ ਸਰਗਰਮੀ ਨਾਲ ਇਲੈਕਸ਼ਨ ਚ ਭਾਗ ਨਹੀਂ ਲੈ ਰਹੇ ਆਪਦੇ ਹਲਕੇ ਚ ਜਾਂ ਬਾਹਰ, ਇਹ ਤੇ ਫਿਰ ਮਲੂਕਾ ਜੀ ਵੀ ਨਹੀਂ ਲੈ ਰਹੇ, ਉਹਨਾਂ ਬਾਰੇ ਕੋਈ ਕਾਰਵਾਈ ਨਹੀਂ ਹੋ ਰਹੀ। ਤੇ ਜਦੋਂ ਹੋਰ ਲੋਕਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਵੀ ਇਹ ਗੱਲ ਉਠਾਈ, ਇਹ ਤੇ ਢੀਂਡਸਾ ਸਾਹਿਬ ਵੀ ਨਹੀਂ ਲੈ ਰਹੇ, ਢੀਂਡਸਾ ਸਾਹਿਬ ਦਾ ਬੇਟਾ ਵੀ ਨਹੀਂ ਲੈ ਰਿਹਾ, ਰਵੀਕਰਨ ਕਾਲੋ ਵੀ ਨਹੀਂ ਸੀ ਲੈ ਰਿਹਾ, ਰਵੀਕਰਨ ਕਾਲੋ ਨੂੰ ਕੱਢਿਆ ਗਿਆ, ਆਦੇਸ਼ ਪ੍ਰਤਾਪ ਨੂੰ ਕੱਢਿਆ ਗਿਆ, ਲੇਕਿਨ ਢੀਂਡਸਾ ਸਾਹਿਬ ਤੇ ਮਲੂਕਾ ਬਾਰੇ ਚੁੱਪਦਾਰੀ ਹੋਈ ਹੈ। ਇਹਦਾ ਕਿਤੇ ਕਿਤੇ ਲੋਕਾਂ ਨੂੰ ਇਹ ਲੱਗਦਾ ਵੀ ਹਾਲੇ ਵੀ ਬਠਿੰਡਾ ਹਲਕੇ ਦੇ ਵਿੱਚ ਸੁਖਬੀਰ ਬਾਦਲ ਮਲੂਕੇ ਨਾਲ ਸਿੱਧੀ ਲੜਾਈ ਲੜਨ ਦੇ ਵਿੱਚੋਂ ਟਰਾਲਾ ਵੱਟ ਰਹੇ ਨੇ, ਜਾਂ ਉਹਦਾ ਕੋਈ ਹਾਲੇ ਲੱਗ ਰਿਹਾ ਉਹਨਾਂ ਨੂੰ ਵੀ ਇਹਦਾ ਪੂਰਾ ਫਾਇਦਾ ਲੈ ਲਈਏ, ਕਿਤੇ ਬਠਿੰਡਾ ਹਲਕੇ ਦੇ ਵਿੱਚ ਇਸ ਦਾ ਆਪਾਂ ਨੂੰ ਬੈਕ ਫਾਇਰ ਨਾ ਹੋ ਜਾਏ, ਉਲਟਾ ਨੁਕਸਾਨ ਨਾ ਹੋ ਜਾਵੇ। ਹੁਣ ਜਿਹੜੀ ਇਸ ਗੱਲ ਦੇ ਇਹ ਕੱਢ ਤਾਂ ਦਿੱਤਾ ਉਹਨਾਂ ਨੂੰ, ਪਰੰਤੂ ਉਹਦੇ ਰਿਐਕਸ਼ਨ ਦੇ ਵਿੱਚ ਜਿਸ ਕਿਸਮ ਨਾਲ ਅਕਾਲੀ ਦਲ ਹਿੱਲਿਆ ਅੰਦਰੋਂ, ਉਹਦੇ ਵਿੱਚੋਂ ਇਹ ਸਾਬਤ ਹੋ ਰਿਹਾ ਹੈ ਕਿ ਸੁਖਬੀਰ ਬਾਦਲ ਜਿਹੜਾ ਕੁਛ ਮੈਸੇਜ ਦੇਣਾ ਚਾਹੁੰਦੇ ਸੀ ਉਹ ਦੇਣਾ ਚਾਹੁੰਦੇ ਸੀ ਕਿ ਵੱਡੇ ਬਾਦਲ ਸਾਹਿਬ ਦੀ ਤਰ੍ਹਾਂ, ਦੇਖੋ ਮੈਂ ਨਾ ਕਿਸੇ ਅਨੁਸ਼ਾਸਨ ਕਮੇਟੀ ਨੂੰ ਪੁੱਛਿਆ, ਨਾ ਮੈਂ ਕੋਈ ਮੀਟਿੰਗ ਕੀਤੀ, ਨਾ ਮੈਂ ਵਰਕਿੰਗ ਕਮੇਟੀ ਨੂੰ ਪੁੱਛਿਆ,
ਮੈਂ ਕੱਲਾ ਹੀ ਕੱਲਾ ਪ੍ਰਧਾਨ ਤੇ ਸਮਰੱਥ, ਮੈਂ ਜਿਹਨੂੰ ਮਰਜ਼ੀ ਕੱਢ ਸਕਦਾ ਤੇ ਜਿਹਦੇ ਮਰਜ਼ੀ ਜੋ ਮਰਜ਼ੀ ਐਕਸ਼ਨ ਵੱਡੇ ਤੋਂ ਵੱਡਾ ਲੈ ਸਕਦਾ, ਬਿਨਾਂ ਨੋਟਿਸ ਦਿੱਤੇ ਵੀ ਕੱਢਿਆ ਜਾਂ ਕੱਢ ਸਕਦਾ ਮੈਂ। ਇਹ ਸੁਨੇਹਾ ਦੇਣਾ ਚਾਹੁੰਦੇ ਸੀ, ਪਰੰਤੂ ਇਹ ਸੁਨੇਹਾ ਦੇਣ ਚੋਂ ਕਾਮਯਾਬ ਨਹੀਂ ਹੋਏ, ਕਿਉਂਕਿ ਉਸ ਤੋਂ ਤੁਰੰਤ ਬਾਅਦ ਜਿਸ ਕਿਸਮ ਨਾਲ ਖਬਰ ਆਈ, ਇਹ ਬੀਬੀ ਜਗੀਰ ਕੌਰ ਦਾ ਝੁਕਾਓ ਹੈ ਜਿਹੜਾ ਉਹ ਆਦੇਸ਼ ਪ੍ਰਤਾਪ ਵੱਲ ਹੈ। ਢੀਂਡਸਾ ਸਾਹਿਬ ਦਾ ਜਿਹੜਾ ਝੁਕਾਓ ਹੈ ਉਹ ਆਦੇਸ਼ ਪ੍ਰਤਾਪ ਵੱਲ ਹੈ। ਦੱਬੀ ਸੁਰ ਵਿੱਚ ਦੋਨਾਂ ਨੇ ਇਹ ਪ੍ਰਗਟ ਕੀਤਾ ਰੋਸ ਕਿ ਇਹ ਤਰੀਕਾ ਠੀਕ ਨਹੀਂ ਜਿਹੜੇ ਤਰੀਕੇ ਨਾਲ ਕੱਢਿਆ। ਏਦਾਂ ਤਾਂ ਬਹੁਤ ਸਾਰੇ ਲੋਕ ਨੇ, ਉਹਨਾਂ ਦੀ ਮਰਜ਼ੀ ਕਿਸੇ ਇੱਕ ਵਿਅਕਤੀ ਦੀ ਨਹੀਂ, ਉਹ ਮਦਦ ਕਰਨਾ ਚਾਹੁੰਦੇ, ਏਦਾਂ ਥੋੜਾ ਕਿ ਜ਼ਬਰਦਸਤੀ ਕਰਵਾਇਆ ਜਾ ਸਕਦਾ। ਇਸ ਤੋਂ ਵੀ ਅੱਗੇ ਜਿਹੜੇ ਅਕਾਲੀ ਦਲ ਦੇ ਇੱਕ ਸ਼ਾਇਦ ਸੀਨੀਅਰ ਵਾਈਸ ਪ੍ਰੈਜੀਡੈਂਟ ਨੇ ਜਾਂ ਵਾਈਸ ਪ੍ਰੈਜੀਡੈਂਟ ਨੇ, ਸਰਦਾਰ ਮਨਜੀਤ ਸਿੰਘ ਜੀ, ਜਿਹੜੇ ਉਹ ਭਾਈ ਬਰੀਕ ਸਿੰਘ ਦੇ ਭਰਾ ਨੇ ਸ਼ਾਇਦ ਜੇ ਮੈਂ ਠੀਕ ਹੋਵਾਂ, ਉਹਨਾਂ ਨੇ ਜਿਸ ਕਿਸਮ ਨਾਲ ਅਕਾਲੀ ਦਲ ਦੀ ਪੋਲ ਖੋਲੀ ਹੈ, ਔਰ ਉਹਨਾਂ ਨੇ ਇਹ ਕਹਿ ਕੇ ਅਸਤੀਫਾ ਦਿੱਤਾ ਕਿ ਮੈਂ ਅਕਾਲੀ ਦਲ ਤੋਂ ਅਸਤੀਫਾ ਨਹੀਂ ਦੇ ਰਿਹਾ, ਮੈਂ ਸਦਾ ਅਕਾਲੀ ਰਹੂੰਗਾ, ਪਰੰਤੂ ਮੈਂ ਬਾਦਲ ਦਲ ਤੋਂ ਅਸਤੀਫਾ ਦੇ ਰਿਹਾ। ਮਤਲਬ ਸੋ ਇਹ ਸੰਕੇਤਾਂ ਨੇ ਇਹ ਸਾਬਤ ਕਰ ਦਿੱਤਾ ਕਿ ਸੁਖਬੀਰ ਬਾਦਲ ਦੀ ਪਕੜ ਅਕਾਲੀ ਦਲ ਉੱਪਰ, ਜਿਹੜੀ ਉਹ ਦਿਖਾਉਣਾ ਚਾਹੁੰਦੇ ਸੀ ਕਿ ਬਾਦਲ ਸਾਹਿਬ ਦੀ ਤਰ੍ਹਾਂ ਮੇਰੀ ਪਕੜ ਹੈ, ਵੱਡੇ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ, ਉਸ ਕਿਸਮ ਨਾਲ ਉਹਨਾਂ ਦੀ ਪਕੜ ਬਿਲਕੁਲ ਨਹੀਂ ਹੈ। ਇਹ ਸੰਕੇਤਾਂ ਨੂੰ ਸਾਬਤ ਹੁੰਦਾ ਅਤੇ ਅਕਾਲੀ ਦਲ ਦੇ ਅੰਦਰ ਸਭ ਕੁਛ ਠੀਕ ਨਹੀਂ ਹੈ। ਜੇਕਰ ਅਕਾਲੀ ਦਲ ਦੀ ਪਰਫੋਰਮੈਂਸ ਇਸ ਇਲੈਕਸ਼ਨ ਦੇ ਵਿੱਚ ਕਿਤੇ ਡਾਊਨ ਆ ਗਈ, ਪਹਿਲਾਂ ਹੀ ਸੰਕੇਤ ਆ ਰਹੇ ਨੇ ਇਹ ਬਗਾਵਤ ਵੱਡੀ ਹੋ ਜਾਏਗੀ, ਲੀਡਰਸ਼ਿਪ ਦੀ ਤਬਦੀਲੀ ਦੀ ਮੰਗ ਵੱਡੀ ਪੱਧਰ ਤੇ ਹੋਏਗੀ, ਉਹਨੂੰ ਕਿਵੇਂ ਸੰਭਾਲ ਪਾਉਣਗੇ, ਕੀ ਕਰ ਪਾਉਣਗੇ ਇਹ ਨਹੀਂ ਪਤਾ। ਜਦੋਂ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਸੁਨੇਹਾ ਦਿੱਤਾ ਸੀ ਕਿ ਮੈਂ ਆਪਣੇ ਨੇੜਲੇ ਰਿਸ਼ਤੇਦਾਰ ਦੀ ਕੀ ਪਰਵਾਹ ਨਹੀਂ ਕਰਦਾ, ਮੈਂ ਕਿਸੇ ਰਿਸ਼ਤੇਦਾਰੀ ਦੀ ਪਰਵਾਹ ਨਹੀਂ ਕਰਦਾ, ਤੇ ਮੈਂ ਕਿਸੇ ਡਿਸਿਪਲਿਨ ਕਮੇਟੀ ਦੀ, ਕਿਸੇ ਵਰਕਿੰਗ ਕਮੇਟੀ ਦੀ ਪਰਵਾਹ ਨਹੀਂ ਕਰਦਾ, ਮੈਂ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਹੋਏ ਖੁਦ ਸਮਰੱਥਾ ਮੈਂ ਕੋਈ ਵੀ ਐਕਸ਼ਨ ਲੈ ਸਕਦਾ। ਪਰੰਤੂ ਜਿਸ ਕਿਸਮ ਨਾਲ ਉਸ ਐਕਸ਼ਨ ਦੀ ਆਲੋਚਨਾ ਹੋਈ ਹੈ, ਜਾਂਦੇ ਅੱਜ ਸ਼ਾਮ ਤੱਕ ਸੁਖਬੀਰ ਬਾਦਲ ਜਿਹੜੇ ਜਿਹੜੇ ਬੰਦਿਆਂ ਨੇ ਆਲੋਚਨਾ ਕੀਤੀ ਹੈ ਉਹਨਾਂ ਨੂੰ ਵੀ ਕੱਢ ਦੇਣ, ਫੇਰ ਤੇ ਲੱਗਦਾ ਵੀ ਬੰਦੇ ਚ ਦਮ ਹੈ। ਅਦਰਵਾਈਜ਼ ਮੈਨੂੰ ਲੱਗਦਾ ਇਹ ਸਾਰਾ ਕੁਛ ਉਹ ਜਿਹੜਾ ਮੈਸੇਜ ਦੇਣਾ ਚਾਹੁੰਦੇ ਸੀ ਉਹ ਮੈਸੇਜ ਦੇਣ ਚ ਫੇਲ ਹੋ ਗਏ। ਹਾਂ ਇਹ ਜ਼ਰੂਰ ਹੈ ਕਿ ਇਹ ਸਾਰੀਆਂ ਘਟਨਾਵਾਂ ਦਾ ਅਕਾਲੀ ਦਲ ਨੂੰ ਨੁਕਸਾਨ ਜ਼ਰੂਰ ਹੋਵੇਗਾ, ਇਹ ਵੀ ਸੱਚ ਹੈ। ਜੀ ਜੀ ਬਿਲਕੁਲ। ਜੇ ਬਸ ਬੀਜੇਪੀ ਕਹਿੰਦੀ ਹੈ ਧਾਲੀਵਾਲ ਸਾਹਿਬ ਕਿ ਲੋਕ ਸਭਾ ਦੀ ਚੋਣ ਤੋਂ ਬਾਅਦ ਜਿਹੜੀ ਸਰਕਾਰ ਹੈ, ਸਰਕਾਰ ਉਹ ਗਿਰ ਚੁੱਕੀ ਪੰਜਾਬ ਦੀ, ਆਮ ਆਦਮੀ ਪਾਰਟੀ ਸਰਕਾਰ, ਅਮਿਤ ਸ਼ਾਹ ਸਾਹਿਬ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹ ਸਟੇਟਮੈਂਟ ਦੇ ਕੇ ਗਏ ਨੇ, ਆਪਾਂ ਅਰਥ ਕੀ ਸਮਝ ਸਕਦੇ ਹਾਂ? ਸਟੇਜ ਦੇ ਉੱਪਰ ਉਹ ਬੋਲੇ ਨੇ ਤੇ ਮਹੱਤਤਾ ਹੈ ਜਾਂ ਫਿਰ ਪੋਲੀਟੀਕਲ ਸਟੇਟਮੈਂਟ ਹੈ ਜਾਂ ਫਿਰ ਸੱਚਮੁੱਚ ਕੋਈ ਬੁਣਤੀ ਬੁਣੀ ਜਾ ਰਹੀ ਹੈ? ਮੈਨੂੰ ਇਹ ਲੱਗਦਾ ਪੰਗੂ ਸਾਹਿਬ ਇਹਦੇ ਦੋ ਪੱਖ ਨੇ। ਜਿਵੇਂ ਆਪਾਂ ਅਕਾਲੀ ਦਲ ਦੀ ਗੱਲ ਕੀਤੀ ਹੈ ਨਾ, ਆਮ ਆਦਮੀ ਪਾਰਟੀ ਦੇ ਅੰਦਰ ਵੀ ਸਭ ਕੁਛ ਠੀਕ ਨਹੀਂ ਹੈਗਾ। ਇਹਨੂੰ ਦੋ ਤਰੀਕੇ ਨੇ, ਜਾਂ ਤੇ ਗ੍ਰਹਿ ਮੰਤਰੀ
ਕਈ ਵਾਰੀ ਆਪਦਾ ਬਿਆਨ ਬਦਲਣ ਲੱਗੇ, ਕੋਈ ਪਤਾ ਨੀ। ਉਹ ਪ੍ਰਧਾਨ ਮੰਤਰੀ ਬਾਰੇ ਵੀ ਇੱਕ ਵਾਰੀ ਤੁਹਾਨੂੰ ਯਾਦ ਹੋਏਗਾ, ਪ੍ਰਧਾਨ ਮੰਤਰੀ ਬਾਰੇ ਵੀ ਉਹਨਾਂ ਨੇ ਬਿਆਨ ਦੇ ਦਿੱਤਾ ਸੀ ਇਹ ਜਿਹੜਾ ਉਹ 15 ਲੱਖ ਵਾਲੀ ਗੱਲ ਸੀ ਉਹ ਤਾਂ ਸਿਆਸੀ ਜੁਮਲਾ ਸੀ। ਇਹ ਨੀ ਪਤਾ ਇਲੈਕਸ਼ਨ ਤੋਂ ਬਾਅਦ ਉਹ ਕਹਿ ਦੇਣ ਵੀ ਇਹ ਤਾਂ ਸਿਆਸੀ ਜੁਮਲਾ ਸੀ। ਇਹ ਜਿਹੜੇ ਅੱਜ ਕੱਲ ਦੇ ਮੰਤਰੀ ਨੇ ਪਤਾ ਨੀ ਕਿਉਂ ਇਹਨਾਂ ਨੂੰ ਜਾਂ ਤਾਂ ਸ਼ਾਇਦ ਮਤਲਬ ਪੁਰਾਣੇ ਮੰਤਰੀਆਂ ਦੀ ਤਰ੍ਹਾਂ ਟ੍ਰੇਨਿੰਗ ਨੀ, ਜਾਂ ਇਹਨਾਂ ਨੂੰ ਸਮਝ ਨੀ ਹੈਗੀ ਕਿ ਮੰਤਰੀ ਦੇ ਤੌਰ ਤੇ ਅਸੀਂ ਕੀ ਬਿਆਨ ਦੇ ਰਹੇ ਹਾਂ, ਇਹਦੇ ਕੀ ਅਰਥ ਨੇ। ਏਦਾਂ ਦਾ ਬਿਆਨ ਮੰਤਰੀ ਨੂੰ ਨਹੀਂ ਦੇਣਾ ਚਾਹੀਦਾ, ਸਪੈਸ਼ਲੀ ਜਦੋਂ ਤੁਸੀਂ ਸੰਵਿਧਾਨਕ ਪੋਸਟ ਤੇ ਬੈਠੇ ਹੋ, ਤੁਹਾਨੂੰ ਸੰਵਿਧਾਨ ਅਨੁਸਾਰ ਕਰਨਾ ਚਾਹੀਦਾ। ਤਾਂ ਸਿਆਣਾ ਬਿਆਨ ਇੱਥੇ ਇਹ ਸੀ, ਇਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਇਹ ਸਰਕਾਰ ਆਪਦੇ ਭਾਰ ਨਾਲ ਹੀ ਟੁੱਟ ਜਾਏਗੀ। ਇਹਦਾ ਵੀ ਸਾਰੇ ਲੋਕਾਂ ਨੇ ਮਨ ਅਰਥ ਇਹਦਾ ਹੀ ਕੱਢਣਾ ਸੀ ਜੋ ਹੁਣ ਆਪਾਂ ਕੱਢ ਰਹੇ ਹਾਂ। ਸੋ ਉਹਨਾਂ ਨੇ ਸਿੱਧੀ ਸਿੱਧੀ ਗੱਲ ਕਹੀ ਹੈ, ਪਰੰਤੂ ਇਹ ਵੀ ਗੱਲ ਸੱਚ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਰਾ ਕੁਛ ਸੱਚ ਨਹੀਂ ਹੈਗਾ। ਜਿਵੇਂ ਕਿਹਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਅਸੀਂ ਰਿਸ਼ਵਤ ਬਿਲਕੁਲ ਨਹੀਂ ਰਹਿਣ ਦੇਣੀ, ਚੋਰੀ ਠੱਗੀ ਬਿਲਕੁਲ ਨਹੀਂ ਰਹਿਣ ਦੇਣੀ, ਜਿਹਦੇ ਦੋਸ਼ ਹੋਏਗਾ ਇਮਾਨਦਾਰੀ ਨਾਲ ਜਾਂਚ ਕਰਾਵਾਂਗੇ। ਤੇ ਯਾਦ ਹੋਵੇ ਤੁਹਾਨੂੰ ਮਾਨਯੋਗ ਮੁੱਖ ਮੰਤਰੀ ਨੇ ਤਾਂ ਆਪਾਂ ਨੂੰ ਵੀ ਕਿਹਾ ਸੀ ਹਰ ਇੱਕ ਨਾਗਰਿਕ ਨੂੰ ਕਿ ਜਦੋਂ ਵੀ ਆਫਿਸਰ ਕੋਲ ਜਾਂਦੇ ਹੋ ਮੋਬਾਈਲ ਲੈ ਕੇ ਜਾਓ ਤੇ ਮੋਬਾਈਲ ਤੇ ਰਿਕਾਰਡਿੰਗ ਕਰਕੇ ਮੈਨੂੰ ਰਿਕਾਰਡਿੰਗ ਭੇਜੋ, ਮੈਂ ਤੁਰੰਤ ਐਕਸ਼ਨ ਲਊਂਗਾ। ਜੇ ਥੋੜਾ ਜਿਹਾ ਮੋਟਾ ਮੋਟਾ ਯਾਦ ਕਰੀਏ, ਬੜਾ ਬਰੀਕੀ ਚ ਆਪਾਂ ਨਹੀਂ ਪੈਂਦੇ। ਮਾਨਸਾ ਦੇ ਇੱਕ ਮੰਤਰੀ ਸੀ ਵਿਜੇ ਜੀ, ਵਿਜੇ ਗੋਇਲ ਸੀ ਨਾ ਉਹਨਾਂ ਦਾ, ਜਿਹੜੇ ਪਹਿਲਾਂ ਪਹਿਲਾਂ ਕੱਢੇ ਸੀ ਜਿਹੜੇ ਮੇਰੇ ਖਿਆਲ ਵਿਜੇ ਗੋਇਲ ਸੀ ਸ਼ਾਇਦ ਉਹਨਾਂ ਦਾ ਨਾਮ, ਮਾਨਸਾ ਤੋਂ ਸੀ ਉਹ ਜਿਹੜੇ ਕੱਢੇ। ਉਦੋਂ ਬਾਅਦ ਉਹਨਾਂ ਦਾ ਕੀ ਬਣਿਆ, ਕੁਝ ਉਹਨਾਂ ਤੇ ਪਰਚਾ ਹੋਇਆ, ਕੀ ਹੋਇਆ, ਪਾਰਟੀ ਚੋਂ ਕੱਢਿਆ, ਕੋਈ ਕਿਸੇ ਨੂੰ ਖ਼ਬਰ ਨਹੀਂ। ਤੇ ਪਾਰਟੀ ਗਤੀਵਿਧੀਆਂ 'ਚ ਉਹ ਉਵੇਂ ਜਿਵੇਂ ਵਿਚਰਦੇ ਨੇ, ਪਹਿਲੀ ਗੱਲ। ਦੂਸਰਾ ਦੋਸ਼ ਲੱਗਿਆ ਇੱਕ ਆਪਣੇ ਮੰਤਰੀ ਸੀ ਜਿਹੜੇ ਸ਼ਾਇਦ ਸਰਾਰੀ ਸੀ ਉਹਨਾਂ ਦਾ ਨਾਮ ਬਾਜੇ ਚੋਂ, ਤੇ ਉਹਨਾਂ ਤੇ ਇੱਕ ਦੋਸ਼ ਲੱਗਿਆ ਚਲਾਇਆ ਜਦੋਂ ਆ, ਫਿਰ ਉਹਨਾਂ ਨੂੰ ਆਪ ਹੀ ਕਹਿ ਦਿੱਤਾ ਵੀ ਤੁਸੀਂ ਅਸਤੀਫਾ ਦੇ ਦਿਓ, ਅਸਤੀਫਾ ਲੈ ਕੇ ਗੋਲ ਮੋਲ ਕਰ ਲਿਆ। ਕੱਲ ਪਰਸੋਂ ਇੱਕ ਹੋਰ ਮੰਤਰੀ ਦੀ ਆ ਗਈ ਵੀਡੀਓ, ਜਿਹੜਾ ਰੌਲਾ ਪੈ ਗਿਆ। ਜਿਹੜੇ ਮੁੱਖ ਮੰਤਰੀ ਕਹਿੰਦੇ ਸੀ ਵੀ ਮੈਨੂੰ ਵੀਡੀਓ ਬਣਾ ਕੇ ਭੇਜੋ, ਜਿਹੜੀਆਂ ਇਹ ਵੀਡੀਓ ਆਈਆਂ ਨੇ ਇਹ ਵੀਡੀਓ ਜਾਂ ਤਾਂ ਉਹਨਾਂ ਨੇ ਦੇਖੀਆਂ ਨੀ, ਜਾਂ ਉਹ ਦੇਖਣਾ ਚਾਹੁੰਦੇ ਨੀ, ਜਾਂ ਫਿਰ ਤੁਹਾਡੀਆਂ ਮੇਰੀਆਂ ਵੀਡੀਓ ਦਾ ਵੀ ਇਹੀ ਹਾਲ ਹੋਏਗਾ। ਸੋ ਇਹਦੇ ਵਿੱਚ ਇਹ ਸਾਰਾ ਕੁਛ ਇਹ ਦਰਸਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਅੰਦਰ ਵੀ ਬਹੁਤ ਕੁਛ ਠੀਕ ਨਹੀਂ ਹੈ। ਭਾਵੇਂ ਇੱਕ MLA ਉਹਨਾਂ ਦੇ ਛੱਡ ਗਏ ਨੇ, ਇੱਕ MP ਉਹਨਾਂ ਦੇ ਛੱਡ ਗਏ ਨੇ, ਪਰ ਐਂ ਲੱਗ ਰਿਹਾ ਵੀ ਲਾਈਨ 'ਚ ਹੋਰ ਵੀ ਹੋਣਗੇ। ਜੇ BJP 2 ਬੰਦਿਆਂ ਨੂੰ ਤੋੜ ਸਕਦੀ ਹੈ ਤਾਂ ਹੋਰਾਂ ਨੂੰ ਵੀ ਤੋੜ ਸਕਦੀ ਹੈ। ਸੋ ਇਸ ਕਰਕੇ 90 ਦੀ ਥਾਂ ਹੁਣ ਤਾਂ 92 ਸੀ, ਹੁਣ ਤਾਂ 91 ਰਹਿ ਗਏ। ਇੱਕ ਤੇ ਉਹਨਾਂ ਦੇ MLA ਚਲੇ ਹੀ ਗਏ ਨਾ ਛੱਡ ਕੇ ਪਬਲਿਕਲੀ। ਸੋ ਇਸ ਕਿਸਮ ਨਾਲ ਹੁਣ ਇਹ ਲੱਗ ਰਿਹਾ ਭੰਗੂ ਸਾਹਿਬ ਕਿ ਇਹ ਸਾਰਾ ਕੁਛ ਨਿਰਭਰ ਕਰੇਗਾ ਵੀ ਪਹਿਲਾਂ BJP ਦੀ ਸਰਕਾਰ ਵੀ 4 ਤਰੀਕ ਨੂੰ ਆਉਂਦੀ ਹੈ ਕਿ ਉਹ ਕਿਸੇ ਸਹਿਯੋਗ ਨਾਲ ਬਣਦੀ ਹੈ, ਜਾਂ ਕਿੱਥੋਂ ਸਪੋਰਟ ਮਿਲਦੀ ਹੈ ਉਹਨੂੰ, ਜਾਂ ਉਹ ਇੰਡੀਪੈਂਡੈਂਟ ਲੈ ਜਾਂਦੇ ਨੇ। ਇਹ 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 4 ਤਰੀਕ ਨੂੰ ਫੈਸਲਾ ਹੋਏਗਾ। ਹਾਂ, ਜੇਕਰ ਉਹਨਾਂ ਨੂੰ ਬਹੁਮਤ ਮਿਲ ਜਾਂਦੀ ਹੈ ਤਾਂ ਇਸ ਦੀ ਸੰਭਾਵਨਾ ਬਿਲਕੁਲ ਪਈ ਹੈ, ਇਕੱਲੀ
ਪੰਜਾਬ ਦੀ ਸਰਕਾਰ ਕੀ ਪਤਾ ਨੀ ਉਹ ਕਿਹੜੀ ਕਿਹੜੀ ਸਰਕਾਰ ਤੋੜ ਦੇਣਗੇ। ਫਿਰ ਇੱਥੇ ਮਤਲਬ ਇਹ ਬਿਲਕੁਲ ਸਾਫ਼ ਹੀ ਹੈ ਤੇ ਉਹ ਤੋੜਨ ਦੇ ਸਮਰੱਥ ਨੇ, ਪਹਿਲਾਂ ਵੀ ਸਰਕਾਰਾਂ ਤੋੜ ਕੇ ਦਿਖਾਈਆਂ ਨੇ ਉਹਨਾਂ ਨੇ ਤੇ ਹੁਣ ਵੀ ਤੋੜ ਸਕਦੇ ਨੇ। ਪਰੰਤੂ ਇਹਦੇ ਬਾਵਜੂਦ ਮੈਨੂੰ ਇਹ ਵੀ ਲੱਗਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪੇ ਟੁੱਟਣ ਨੂੰ ਫਿਰਦੀ ਹੋਵੇ ਤੇ ਨਾ ਬੀਜੇਪੀ ਦੇ ਲੱਗ ਜਾਏ। ਇਹਦੇ ਚਾਂਸਸ ਵੀ ਹੈਗੇ ਨੇ ਕਿਉਂਕਿ ਸਾਰਾ ਕੁਛ ਠੀਕ ਨਹੀਂ। ਜਿਸ ਕਿਸਮ ਨਾਲ ਰਾਘਵ ਚੱਡਾ ਬਾਹਰ ਚਲੇ ਗਏ, ਕਿਤੇ ਦਖਲ ਜਾ ਦਿੱਤਾ, ਕੁਛ ਮਾੜਾ ਮੋਟਾ ਇਲੈਕਸ਼ਨ ਚ ਨਾ ਦਿਖਾਇਆ, ਹੁਣ ਪਤਾ ਲੱਗਿਆ ਇਨਕਾਊਂਟ ਲਾ ਕੇ ਕਹਿੰਦੇ ਉੱਤਰ ਆਈ ਨੇ ਉਹ ਵੀ ਮਤਲਬ ਆਪਦਾ ਇਲੈਕਸ਼ਨ ਚ, ਤੇ ਨਾ ਹੀ ਉਹਨਾਂ ਦਾ ਉਸ ਕਿਸਮ ਦਾ ਰੋਲ ਦਿਖਾਈ ਦੇ ਰਿਹਾ। ਪਹਿਲਾਂ ਵਾਲੀ ਟੌਰ ਫੌਰ ਨਹੀਂ ਰਹੀ। ਵਿੱਚ ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਸ਼ਾਇਦ ਜਿਹੜੀ ਸਵਾਤੀ ਮਾਲੀਵਾਲ ਤੋਂ ਪਹਿਲਾਂ ਰਾਘਵ ਚੱਡਾ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਰਾਜ ਸਭਾ ਛੱਡ ਦਿਓ, ਏਦਾਂ ਦੀਆਂ ਖ਼ਬਰਾਂ ਵੀ ਚੱਲ ਰਹੀਆਂ ਨੇ। ਫਿਰ ਸਵਾਤੀ ਮਾਲੀਵਾਲ ਨੂੰ ਕਿਹਾ ਵੀ ਤੁਸੀਂ ਰਾਜ ਸਭਾ ਛੱਡ ਦਿਓ, ਹੁਣ ਅਸੀਂ ਕੋਈ ਹੋਰ ਬੰਦਾ ਲੈ ਕੇ ਆਉਣਾ ਹੈ। ਪਰ ਇਹਦੀ ਪੁਸ਼ਟੀ ਆਪਾਂ ਨਹੀਂ ਕਰ ਸਕਦੇ, ਪਤਾ ਨਹੀਂ ਇਹਦੇ ਵਿੱਚ ਸੱਚ ਕਿੰਨਾ। ਮੈਂ ਘੱਟੋ ਘੱਟ ਇਹਦੀ ਪੁਸ਼ਟੀ ਨਹੀਂ ਕਰਦਾ, ਪਰੰਤੂ ਪ੍ਰੈਸ ਖ਼ਬਰਾਂ ਜ਼ਰੂਰ ਤੁਰੀਆਂ ਫਿਰਦੀਆਂ। ਸੋ ਇਸ ਕਰਕੇ ਇਹਨੂੰ ਮੋਟੇ ਰੂਪ 'ਚ ਦੋ ਭਾਗਾਂ 'ਚ ਰੱਖੀਏ ਕਿ ਜੇ ਬੀਜੇਪੀ ਦੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਤੋਂ ਇਹ ਤਵੱਕੋ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਪੂਰੇ ਯਤਨ ਲਾ ਦੇਣਗੇ ਸਰਕਾਰ ਤੋੜਨ ਲਈ। ਜੇ ਉਹਨਾਂ ਦੀ ਸਰਕਾਰ ਨਹੀਂ ਆਉਂਦੀ, ਮਿਲਗੋਬਾ ਸਰਕਾਰ ਆਉਂਦੀ ਹੈ, ਕੋਲੀਸ਼ਨ ਸਰਕਾਰ ਬਣਦੀ ਹੈ, ਉਹ 'ਚ ਪਤਾ ਨਹੀਂ ਪ੍ਰਧਾਨ ਮੰਤਰੀ ਕੌਣ ਬਣਦਾ ਕੌਣ ਨਹੀਂ, ਤਾਂ ਉਹਦੇ ਵਿੱਚ ਉਦੋਂ ਦੇਖਿਆ ਜਾਏਗਾ। ਪਰੰਤੂ ਇਹਦੇ ਬਾਵਜੂਦ ਵੀ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਰਾ ਕੁਛ ਠੀਕ ਨਹੀਂ ਚੱਲ ਰਿਹਾ। ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਿਲਜੁਲ ਹੈ। ਉਹ ਹਿਲਜੁਲ ਜੇਕਰ 1 ਤਰੀਕ ਨੂੰ ਕੇਜਰੀਵਾਲ ਫਿਰ ਦੁਬਾਰਾ ਜੇਲ੍ਹ 'ਚ ਚਲੇ ਜਾਂਦੇ ਨੇ, ਉਹ ਪਾਰਟੀ ਨੂੰ ਕੌਣ ਕੰਟਰੋਲ ਕਰੇਗਾ, ਕਿਵੇਂ ਕੰਟਰੋਲ ਹੋ ਰਹੀ ਹੈ, ਕੇਂਦਰੀ ਲੀਡਰਸ਼ਿਪ ਹੈ ਜਿਹੜੀ ਉਹ ਕਿਹਦੇ ਹੱਥ ਹੈ, ਕਿਸੇ ਦੇ ਹੱਥ ਹੈ ਵੀ ਹੈ ਜਾਂ ਖਲਾ ਹੈ, ਇਹ ਸਾਰੀਆਂ ਚੀਜ਼ਾਂ ਵੀ ਸਰਕਾਰ ਦੀ ਪਰਫੋਰਮੈਂਸ ਤੇ ਜਾਂ ਸਰਕਾਰ ਦੇ ਟੁੱਟਣ ਦੇ ਯੋਗਦਾਨ ਪਾ ਸਕਦੀਆਂ ਨੇ, ਇਹ ਵੀ ਨਾਲ ਹੈ ਜੀ। ਜੀ ਬਿਲਕੁਲ। ਦੂਜੇ ਪਾਸੇ ਧਾਲੀਵਾਲ ਸਾਹਿਬ, ਕਿਸਾਨਾਂ ਨੇ ਘਰ ਘੇਰੇ ਹੋਏ ਨੇ ਬੀਜੇਪੀ ਜਿਹੜੇ ਉਮੀਦਵਾਰ ਨੇ ਪੰਜਾਬ ਦੇ ਵਿੱਚ, ਉਹਨਾਂ ਦੇ ਜਿਹੜੇ ਬੀਜੇਪੀ ਦੇ ਅਗੇਂਸਟ ਕਿਸਾਨਾਂ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਹੈ ਔਰ ਬੀਜੇਪੀ ਨੂੰ ਪੂਰੀ ਆਸ ਸੀ ਪਹਿਲਾਂ ਦੇ ਕਿਸਾਨ ਅੰਦੋਲਨ ਤੋਂ, ਇਸ ਅੰਦੋਲਨ 'ਚ ਵੀ ਉਹਨਾਂ ਨੂੰ ਪੂਰੀ ਆਸ ਸੀ ਕਿ ਅਸੀਂ ਖੇੜਾ ਖੜਾ ਕਰਕੇ ਅਸੀਂ ਇਹਨੂੰ ਕੋਈ ਹੋਰ ਰੰਗਤ ਦੇਣ 'ਚ ਕਾਮਯਾਬ ਹੋ ਜਾਵਾਂਗੇ। ਮੇਰਾ ਖਿਆਲ ਬੀਜੇਪੀ ਦੀਆਂ ਚਾਲਾਂ ਪੁੱਠੀਆਂ ਪੈ ਰਹੀਆਂ ਨੇ। ਜਿਸ ਕਿਸਮ ਨਾਲ ਸਖ਼ਤੀ ਹਰਿਆਣੇ 'ਚ ਕੀਤੀ ਸੀ, ਸ਼ਾਇਦ ਮੈਨੂੰ ਮੇਰਾ ਅੰਦਾਜ਼ਾ ਇਹ ਹੈ ਕਿ ਬੀਜੇਪੀ ਨੂੰ ਇਹ ਲੱਗਦਾ ਹੋਏਗਾ ਕਿ ਸਾਡੀ ਸਰਕਾਰ ਹੈ ਹਰਿਆਣੇ 'ਚ, ਅਸੀਂ ਪ੍ਰਵੋਕ ਕਰਕੇ ਕਿਸਾਨਾਂ ਤੋਂ ਇੱਕ ਇਹ ਕਹਿ ਲਓ ਕਿ ਵਾਇਲੈਂਸ ਕਰਵਾ ਲਾਂਗੇ, ਤੇ ਵਾਇਲੈਂਸ ਕਰਵਾ ਕੇ ਨਾਲੇ ਤਾਂ ਕਿਸਾਨਾਂ ਨੂੰ ਕੁੱਟਾਂਗੇ, ਨਾਲੇ ਪੂਰੇ ਹਿੰਦੁਸਤਾਨ 'ਚ ਇੱਕ ਮੈਸੇਜ ਦੇਵਾਂਗੇ ਕਿ ਇਹ ਜਿਹੜੇ ਭਾਈ ਅੱਤਵਾਦੀ ਵੱਖਵਾਦੀ ਜਾਂ ਇੱਕ ਹੋਰ ਤਰ੍ਹਾਂ ਦਾ ਗਰੁੱਪ ਹੈ, ਇਸ ਵਿੱਚ ਕਿਸਾਨਾਂ ਨੇ ਸਿਆਣਪ ਵਰਤੀ। ਸਿਆਣਪ ਇਸ ਲਈ ਵਰਤੀ ਕਿ ਇੱਕ ਧੜਾ ਜਿਹੜਾ ਆਪ ਮੁਹਾਰੇ ਮੂਹਰੇ ਲੱਗਿਆ, ਉਹਨੂੰ ਇਹ ਲੱਗਿਆ ਕਿ ਹੁਣ ਜੇਕਰ ਕੋਈ ਗੱਲ ਹੁੰਦੀ ਹੈ ਤਾਂ ਸਾਰੀ ਜ਼ਿੰਮੇਵਾਰੀ ਉਹਨਾਂ ਤੇ ਪਏਗੀ। ਜਿਹੜੇ ਦੂਜੇ ਧੜੇ ਬਾਹਰ ਰਹਿ ਗਏ
ਉਹਨਾਂ ਨੇ ਆਪਣੀ ਕਿਸਮ ਨਾਲ ਕਿਸਾਨਾਂ ਨੂੰ ਮੋਬਲਾਈਜੇਸ਼ਨ ਕੀਤਾ ਤੇ ਦਿਖਾਇਆ, ਇਹਨਾਂ ਦੀ ਸਪੋਰਟ ਵੀ ਕੀਤੀ ਤੇ ਨਾਲ ਸਰਕਾਰ ਨੂੰ ਵੀ ਦਿਖਾਇਆ ਕਿ ਅਸੀਂ ਜਥੇਬੰਦਕ ਤੌਰ ਤੇ ਇਕੱਲੇ ਪੰਜਾਬ 'ਚ ਨਹੀਂ, ਅਸੀਂ ਪੰਜਾਬ ਤੋਂ ਅੱਗੇ ਵੀ ਹਰਿਆਣਾ, ਹਿਮਾਚਲ, ਉੱਤਰਾਖੰਡ ਜਾਂ ਯੂਪੀ ਜਾਂ ਪੂਰਾ ਨੌਰਥ ਇੰਡੀਆ, ਈਵਨ ਸਾਊਥ ਤੋਂ ਵੀ ਕਿਸਾਨ ਪਾਰਟੀਸਪੇਟ ਕੀਤੀ, ਦਿੱਲੀ ਧਰਨਾ ਦਿੱਤਾ, ਜਿਹਦੇ ਨਾਲ ਬੀਜੇਪੀ ਇੱਕ ਮੈਸੇਜ ਦੇਣਾ ਚਾਹੁੰਦੀ ਸੀ ਕਿ ਇਹ ਅੰਦੋਲਨ ਕੱਲਾ ਤੇ ਕੱਲੇ ਪੰਜਾਬ ਦਾ ਹੈ। ਜੇਕਰ ਇਹ ਅੰਦੋਲਨ ਇੱਥੇ ਰੁਕਿਆ ਰਹਿੰਦਾ, ਜਿਹੜੇ ਗਰੁੱਪ ਮੂਹਰੇ ਚੱਲੇ ਸੀ ਕਿਸੇ ਤਰ੍ਹਾਂ, ਸ਼ਾਇਦ ਇਹ ਮੈਸੇਜ ਜਾਂਦਾ ਕਿ ਇਹ ਅੰਦੋਲਨ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦਾ ਹੈ ਤੇ ਪੰਜਾਬ ਦੇ ਲੋਕ ਜਾਣ ਬੁੱਝ ਕੇ ਜਿਵੇਂ ਬੀਜੇਪੀ ਕੋਲ ਇੱਕ ਸ਼ੜਯੰਤਰ ਰਚਦੇ ਨੇ, ਉਹ ਉਹਨਾਂ ਨੇ ਪਾਕਿਸਤਾਨ ਪਾਕਿਸਤਾਨ ਕਰਕੇ ਉੱਥੋਂ ਸਪੋਰਟ ਮਿਲਦੀ ਹੈ, ਇੱਥੋਂ ਮਿਲਦੀ ਹੈ, ਇਹ ਸਾਰੇ ਉੱਦਾਂ ਦੇ ਨੇ। ਪਰੰਤੂ ਦੂਜੇ ਕਿਸਾਨੀ ਗਰੁੱਪਾਂ ਨੇ, ਯੂਨੀਅਨਾਂ ਦੇ ਗਰੁੱਪਾਂ ਨੇ, ਉਹਨਾਂ ਨੇ ਬੜੀ ਸਿਆਣਪ ਨਾਲ ਮੈਨੂੰ ਲੱਗਦਾ ਕਿ ਇਹ ਅੰਦੋਲਨ ਭਾਰਤ ਵਰਸ਼ ਦਾ ਅੰਦੋਲਨ ਬਣਾ ਕੇ ਰੱਖ ਦਿੱਤਾ, ਜਿਹਦੇ ਕਰਕੇ ਬੀਜੇਪੀ ਦੀ ਉਹ ਚਾਲ ਫੇਲ ਹੋ ਗਈ। ਹੁਣ ਉਸ ਚਾਲ ਦੇ ਉਲਟ ਕਿਸਾਨਾਂ ਨੇ ਇੱਕ ਗੱਲ ਕਲੀਅਰ ਐਲਾਨ ਕਰ ਦਿੱਤੀ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ, ਬੀਜੇਪੀ ਵੱਲੋਂ ਦਾ ਸਾਡਾ ਕੜਾ ਵਿਰੋਧ ਹੈ, ਹੋਰ ਜਿਹਨੂੰ ਮਰਜ਼ੀ ਪਾਇਓ। ਇਹਦਾ ਅਰਥ ਸਿੱਧਾ ਸਿੱਧਾ ਇਹ ਹੈ ਕਿ ਜਿਹੜਾ ਬੀਜੇਪੀ ਦੇ ਉਲਟ ਜਿੱਤਣ ਵਾਲਾ ਹੈ ਉਹਨੂੰ ਵੋਟ ਪਾਈ ਜਾਵੇ। ਸੋ ਉਸ ਤੋਂ ਅੱਗੇ ਵੱਧਦੇ ਹੋਏ ਅੱਜ ਜਿਹੜੀ ਉਹਨਾਂ ਦੀ ਕਾਲ ਹੈ, ਪਹਿਲਾਂ ਵੀ ਸਮੇਂ ਸਮੇਂ ਤੇ ਉਹਨਾਂ ਨੇ ਜਿਹੜੇ ਬੀਜੇਪੀ ਦੇ ਅੱਛੇ ਕੈਂਡੀਡੇਟ ਨੇ, ਜਿਹੜੇ ਕੈਂਡੀਡੇਟ ਲੱਗਦਾ ਹੈ ਵੀ ਮੁਕਾਬਲੇ 'ਚ ਨੇ, ਉਹਨਾਂ ਨੇ ਵੀ ਟੈਕਨੀਕਲੀ ਉਹਨਾਂ ਦਾ ਹੀ ਘਰਾਓ ਕਰਨਾ ਸ਼ੁਰੂ ਕੀਤਾ ਹੋਇਆ ਤੇ ਅੱਜ ਉਹਨਾਂ ਦੇ ਘਰਾਂ ਦਾ ਘਰਾਓ ਕਰਕੇ ਹੋਰ ਉਹਨਾਂ ਤੇ ਦਬਾਅ ਪਾਇਆ ਜਾਏਗਾ, ਜਿਹਦੇ ਨਾਲ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਮੇਰਾ ਖਿਆਲ ਕੱਲ੍ਹ ਤੇ ਪਰਸੋਂ, ਅੱਜ 28 ਹੋ ਗਏ, 29 ਤੇ 30, ਦੋ ਦਿਨ ਹੀ ਰਹਿ ਗਏ ਪ੍ਰਚਾਰ ਦੇ, ਤਾਂ 30 ਸ਼ਾਮ ਨੂੰ ਪ੍ਰਚਾਰ ਬੰਦ ਹੋ ਜਾਏਗਾ, 31 ਤੇ 1 ਨੂੰ ਤਾਂ ਚੋਣ ਹੀ ਹੈ। ਸੋ ਇਸ ਕਿਸਮ ਨਾਲ ਕਿਸਾਨਾਂ ਦੀ ਇਹ ਸਟ੍ਰੈਟਜੀ ਹੈ, ਬੀਜੇਪੀ ਹੁਣ ਭਾਵੇਂ ਜੋ ਮਰਜ਼ੀ ਦੋਸ਼, ਸੀਟਾਂ ਵੀ ਬਹੁਤ ਘੱਟ ਰਹੀਆਂ ਨੇ, ਮੇਰੇ ਖਿਆਲ 60 ਦੇ ਨੇੜੇ ਤੇੜੇ, 60 ਜਾਂ 63 ਸੀਟਾਂ ਨੇ, ਤੇ ਉਹਨਾਂ ਵਿੱਚ ਪੰਜਾਬ ਸਾਰਾ ਹੀ ਹੈ। ਘੱਟੋ ਘੱਟ ਮੈਨੂੰ ਲੱਗਦਾ ਕਿ ਕਿਸਾਨਾਂ ਨੇ ਪੰਜਾਬ ਦੀਆਂ ਸੀਟਾਂ ਦੇ ਤਾਂ ਪ੍ਰਭਾਵ ਪੂਰਾ ਛੱਡਣਾ, ਉਹਦੇ ਵਿੱਚ ਬੀਜੇਪੀ ਨੂੰ ਭਾਰੀ ਨੁਕਸਾਨ ਹੋਣ ਜਾ ਰਿਹਾ ਹੈ, ਔਰ ਹਰਿਆਣੇ ਦੇ ਵਿੱਚ ਵੀ ਲੱਗ ਰਿਹਾ ਕਿ ਭਾਰੀ ਨੁਕਸਾਨ ਹੋਇਆ। ਮੇਰਾ ਖਿਆਲ ਕਿਸਾਨਾਂ ਦਾ ਜਿਹੜਾ ਇਹ ਪਿੰਤੜ ਹੈ, ਇਹ ਮੋਦੀ ਦੀ ਫੇਰੀ ਤੋਂ ਬਾਅਦ ਉਹਨੂੰ ਜਿਹੜਾ ਮਾੜਾ ਮੋਟਾ ਪ੍ਰਭਾਵ ਮੋਦੀ ਜੀ ਛੱਡ ਕੇ ਗਏ ਨੇ, ਮੇਰਾ ਖਿਆਲ ਉਹਨੂੰ ਨਿਊਟਰਲਾਈਜ਼ ਕਰਨ ਲਈ, ਉਹਨੂੰ ਘਟਾਉਣ ਲਈ ਇਹ ਰਣਨੀਤੀ ਲੱਗ ਰਹੀ ਹੈ ਮੈਨੂੰ, ਔਰ ਜੋ ਲੱਗ ਰਿਹਾ ਇਹ ਰਣਨੀਤੀ ਪ੍ਰਭਾਵੀ ਵੀ ਰਹੇਗੀ, ਇਹਦੇ ਰਿਜ਼ਲਟ ਵੀ ਆਉਣਗੇ। ਸੋ ਇਸ ਕਿਸਮ ਦੀ ਗੱਲ ਲੱਗਦੀ ਹੈ ਜੀ, ਬੀਜੇਪੀ ਕਿਤੇ ਬਾਹਲਾ ਦਿਖਾਈ ਨਹੀਂ ਦੇ ਰਹੀ। ਸਿਰਫ ਜੋ ਖਬਰਾਂ ਆਪਾਂ ਸੁਣਦੇ ਹਾਂ ਉਹਨਾਂ ਦੇ ਵਿੱਚ ਮੈਂ 2 ਲਾਈਨਾਂ 'ਚ ਤੁਹਾਨੂੰ ਮੁਕਾਊਂਗਾ, ਬਿੱਟੂ ਦਾ ਲੱਗ ਰਿਹਾ ਹੈ ਕਿ ਬਿੱਟੂ ਮੁਕਾਬਲੇ 'ਚ ਹੈ, ਮੈਂ ਇਹ ਨਹੀਂ ਕਹਿੰਦਾ ਵੀ ਉਹ ਜਿੱਤਣ ਵਾਲਿਆਂ 'ਚ ਹੈ, ਇਹ ਇੱਕ ਖਬਰਾਂ ਆ ਰਹੀਆਂ ਨੇ ਪ੍ਰੈਸ 'ਚ ਕਿ ਬਿੱਟੂ ਉੱਪਰਲੇ 3 'ਚ ਕਿਤੇ ਹੈਗਾ। ਮੈਂ 2 'ਚ ਤਾਂ ਨਹੀਂ ਕਹਿ ਸਕਦਾ, 2 'ਚ ਤਾਂ ਦੱਸਣਾ ਹੀ ਬਹੁਤ ਔਖਾ ਵੀ ਕਿਹੜੇ ਉੱਪਰਲੇ 2 ਨੇ, ਮਤਲਬ ਬਿੱਟੂ ਉੱਥੇ ਕਿਤੇ ਇਸ ਕਿਸਮ ਨਾਲ ਮੁਕਾਬਲੇ 'ਚ ਹੈਗੇ ਨੇ। ਹੋਰ ਕਿਤੇ ਬੀਜੇਪੀ ਦਾ ਇਸ ਤਰ੍ਹਾਂ ਦਾ ਪ੍ਰਭਾਵ ਹਾਲੇ ਤੱਕ ਬਹੁਤ ਜ਼ਿਆਦਾ ਮਰਜ਼ ਨਹੀਂ ਹੋਇਆ। ਜੇ ਆਪਾਂ ਹੋਰ ਵੀ ਗੱਲ ਕਰੀਏ ਤਾਂ ਅਕਾਲੀ ਦਲ ਦੀ ਇੱਕ ਖਬਰ ਆ ਰਹੀ ਹੈ ਕਿ ਅਕਾਲੀ ਦਲ ਬਠਿੰਡਾ, ਫਿਰੋਜ਼ਪੁਰ ਤੇ ਅਨੰਦਪੁਰ ਸਾਹਿਬ, ਇਹਨਾਂ 3 ਸੀਟਾਂ ਤੇ ਅਕਾਲੀ ਦਲ
ਮੁਕਾਬਲੇ ਚ ਹੈ। ਮੈਂ ਫਿਰ ਕਹਿ ਰਿਹਾ ਵੀ ਇਹ ਜਿੱਤਣ ਵਾਲੀਆਂ ਸੀਟਾਂ ਨੀ ਅਕਾਲੀ ਦਲ ਦੀਆਂ, ਲੇਕਿਨ ਮੁਕਾਬਲੇ ਚ ਹੈਗਾ। ਬਾਕੀ ਸੀਟਾਂ ਦੇ ਕਿਤੇ ਅਕਾਲੀ ਦਲ ਮੁਕਾਬਲੇ ਚ ਵੀ ਨਹੀਂ ਦਿਖ ਰਿਹਾ ਅੱਜ ਦੀ ਘੜੀ। ਦੋ ਦਿਨ ਨੇ, ਦੋ ਦਿਨਾਂ ਚ ਜਿਹੜਾ ਲੱਗ ਰਿਹਾ ਹੈ ਇੱਕ ਜਿਹੜੀ ਲਹਿਰ ਕਹਿੰਦੇ ਹੋ ਜਿਹੜੀ ਹਵਾ ਹੈ, ਉਹ ਸ਼ਾਇਦ ਇਹ ਲੱਗ ਰਿਹਾ ਕਿ ਜਿਹੜਾ ਅਕਾਲੀ ਦਲ ਦੇ ਵਿੱਚ ਬਗਾਵਤ ਹੋਈ ਹੈ, ਇਸ ਕਿਸਮ ਨਾਲ ਭਾਈ ਮਨਜੀਤ ਸਿੰਘ ਨੇ ਸਿੱਧਾ ਸਿੱਧਾ ਅੰਮ੍ਰਿਤਪਾਲ ਦੀ ਸਪੋਰਟ ਦਾ ਐਲਾਨ ਕੀਤਾ ਹੈ। ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਚ ਜਿਹੜੇ ਤਿੰਨ ਦਿਨ ਰਹਿੰਦੇ ਨੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਅੰਮ੍ਰਿਤਪਾਲ ਨੂੰ ਜਾਂ ਫਰੀਦਕੋਟ ਤੋਂ ਸਰਬਜੀਤ ਸਿੰਘ ਨੂੰ ਜਾਂ ਸਿਮਰਜੀਤ ਨੂੰ ਇਹਨਾਂ ਨੂੰ ਕੁਛ ਹੋਰ ਹਲਾਰਾ, ਆਪਾਂ ਇਹ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਕੁਛ ਹੋਰ ਹਲਾਰਾ ਮਿਲ ਸਕਦਾ ਹੈ, ਮੁਕਾਬਲੇ ਚ ਆ ਸਕਦੇ ਨੇ, ਇਹ ਜਾਂ ਹੈਗੇ ਨੇ। ਮੈਂ ਇਹ ਵੀ ਨੀ ਕਹਿੰਦਾ ਕਿ ਇਹ ਪੰਜਾਬ ਚ ਹਾਲ ਦੀ ਘੜੀ ਇਹ ਦੱਸਣਾ ਬਹੁਤ ਔਖਾ ਵੀ ਜਿੱਤ ਕੌਣ ਰਿਹਾ, ਕਿਉਂਕਿ ਕੋਈ ਸਮਝ ਨੀ ਲੱਗ ਰਹੀ। ਮੁਕਾਬਲਾ ਚੌ ਕੋਨਾ, ਕਿਤੇ ਕਿਤੇ ਪੰਜ ਕੋਨਾ ਵੀ ਹੋ ਪਿਆ, ਪਰ ਇਹ ਇਹ ਲੋਕਾਂ ਬਾਰੇ ਇਹ ਚਰਚਾ ਜ਼ਰੂਰ ਹੈ ਕਿ ਇਹ ਮੁਕਾਬਲੇ ਚ ਨੇ। ਸੋ ਏਦਾਂ ਦੀ ਕੋਈ ਸਥਿਤੀ ਹੈ ਮੋਟੇ ਰੂਪ ਚ। ਬੀਜੇਪੀ ਦੀ ਸਥਿਤੀ ਕੋਈ ਬਹੁਤ ਵਧੀਆ ਦਿਖਾਈ ਨਹੀਂ ਦੇ ਰਹੀ ਅੱਜ। ਸੋ ਇਹ ਇਹ ਗੱਲ ਲੱਗਦੀ, ਪਰ ਜਿਹੜਾ ਇਹ ਕਿਸਾਨਾਂ ਵਾਲਾ ਹੋਰ ਲੋਕਾਂ ਵਾਲਾ ਹੈ, ਮੋਦੀ ਜੀ ਨਵੇਂ ਨਵੇਂ ਬਿਆਨ ਦੇਈ ਜਾਂਦੇ ਨੇ, ਉਹ ਇੱਕ ਸੰਬਿਤ ਪਾਤਰ ਆ ਇਹਨਾਂ ਦੇ, ਮਤਲਬ ਜਿਹੜੇ ਮੁੱਖ ਬੁਲਾਰੇ ਰਹੇ ਨੇ ਬਹੁਤ ਜ਼ਿਆਦਾ ਬੋਲਦੇ ਨੇ, ਉਹ ਕਹਿੰਦੇ ਜਿਹੜਾ ਭਗਵਾਨ ਜਗਨਨਾਥ ਹੈ ਉਹ ਮੋਦੀ ਜੀ ਦਾ ਚੇਲ ਲੈ ਕੇ ਨੇ, ਇਹਨਾਂ ਦਾ ਹੀ ਉਹ ਅੱਗੇ ਫਰਦਰ ਕੁਛ ਅੱਗੇ ਹੈ। ਸੋ ਬਾਅਦ ਚ ਮਾਫ਼ੀ ਮੁਫ਼ੀ ਵੀ ਮੰਗਣੀ ਪਈ, ਬੇਤੁਕੀਆਂ ਗੱਲਾਂ ਬਿਨਾਂ ਸਿਰ ਪੈਰ ਦੇ ਬੋਲ ਰਹੇ ਨੇ। ਹੁਣ ਪਤਾ ਨੀ ਕਿੰਨੀ ਕੁ ਸੱਚ ਹੋਏਗੀ, ਲੇਕਿਨ ਮੀਡੀਆ ਨੇ ਇਹ ਗੱਲ ਜਿਹੜੀ ਮੀਡੀਆ ਨੇ ਐਸਟੈਬਲਿਸ਼ ਕੀਤੀ, ਮੋਦੀ ਜੀ ਜਿੱਤ ਰਹੇ ਨੇ, ਪਰੰਤੂ ਉਹਦੇ ਵਿੱਚ ਹੁਣ ਮੀਡੀਆ ਦੇ ਪੈਰਲਲ ਜਿਹੜਾ ਸੋਸ਼ਲ ਮੀਡੀਆ ਹੈ ਉਹਨਾਂ ਨੇ ਇੱਕ ਦਲੀਲ ਇਹ ਖੜੀ ਕਰ ਦਿੱਤੀ ਹੈ ਜਿਹਦੇ ਜਿਹੜੀ ਜਿਹੜੀ ਉਹ ਵੀ ਵਿਸ਼ਵਾਸਯੋਗ ਲੱਗਣ ਲੱਗ ਗਈ ਲੋਕਾਂ ਨੂੰ ਕਿ ਨਹੀਂ ਜੀ ਬੀਜੇਪੀ 220-200 ਇਹਦੇ ਆਰ ਪਾਰ ਕਿਤੇ ਇੱਥੇ ਖੜੇਗੀ, ਜਿੱਤ ਨਹੀਂ ਰਹੀ। ਸੋ ਮੋਟੇ ਰੂਪ ਚ ਮੈਂ ਕਿਉਂ ਕਹਿ ਰਿਹਾ, ਮੈਂ ਇਹ ਇਸ ਲਈ ਕਹਿ ਰਿਹਾ ਕਿ ਜਿਹੜੀ ਇਹ ਗੱਲ ਬਣਾ ਕੇ ਦੋਨੇ ਪਾਰਟੀਆਂ ਪ੍ਰਭਾਵ ਪਾਉਣਾ ਚਾਹੁੰਦੀਆਂ ਹੋਈਆਂ ਨੇ ਕਿ ਆ ਜਿੱਤ ਰਹੇ ਆ ਜਿੱਤ ਰਹੇ ਆ, ਬੀਜੇਪੀ ਦਾ ਉਹ ਪ੍ਰਭਾਵ ਇਹ 63 ਸੀਟਾਂ ਤੇ ਨਹੀਂ ਪੈਣ ਜਾ ਰਿਹਾ ਕਿ ਬੀਜੇਪੀ ਜਿੱਤ ਰਹੀ ਹੈ। ਹਾਂ ਕੋਈ ਕਲਿਸ਼ਨ ਸਰਕਾਰ ਬਣ ਜਾਏ, ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਕੁਛ ਬਣ ਜਾਏ ਕੀ ਬਣੂਗਾ ਉਹ ਵੱਖਰੀ ਗੱਲ ਹੈ, ਤੇ ਸੋਸ਼ਲ ਮੀਡੀਆ ਨੇ ਇਹ ਵੀ ਬਿਲਡ ਕਰਕੇ ਪੂਰੀ ਤਰ੍ਹਾਂ ਲੋਕਾਂ 'ਚ ਗੱਲ ਪਹੁੰਚਾਈ ਹੈ ਕਿ ਕਿਉਂਕਿ ਕੱਲ ਕਿਤੇ ਨਾ ਗਡਕਰੀ ਜੀ ਦਾ ਬਰਥਡੇ ਸੀ, ਉਹਨਾਂ ਦੇ ਬਰਥਡੇ ਤੇ ਬਹੁਤ ਬੀਜੇਪੀ ਦੇ ਲੀਡਰ ਪਹੁੰਚੇ ਨੇ, ਮੀਡੀਆ ਨੇ ਇਹ ਗੱਲ ਵੀ ਹਾਈਲਾਈਟ ਕੀਤੀ ਆ ਵੀ ਮਤਲਬ ਇਲੈਕਸ਼ਨਾਂ ਦੇ ਦਿਨਾਂ 'ਚ ਗਡਕਰੀ ਇੰਨਾ ਹੋਵੇ ਕਿਤੇ, ਮਤਲਬ ਪਾਸਾ ਪਲਟਦਾ ਨਹੀਂ ਆ ਸਾਰਾ ਕੁਛ। ਜਿਹੜੀ ਕੋਲੀਸ਼ਨ ਸਰਕਾਰ ਵੀ ਜੇ ਬਣੇ ਬੀਜੇਪੀ ਦੀ ਅਗਵਾਈ 'ਚ, ਹੋ ਸਕਦਾ ਉਹ 'ਚ ਵੀ ਮੋਦੀ ਜੀ ਕਿਤੇ ਦਿਖਾਈ ਨਾ ਦੇਣ। ਸੋ ਇਸ ਕਿਸਮ ਦੀਆਂ ਗੱਲਾਂ ਮੀਡੀਆ 'ਚ ਆ ਰਹੀਆਂ ਨੇ। ਬਾਕੀ ਤਾਂ ਉਹ ਹੁਣ ਪੰਜਾਬੀ 'ਚ ਇੱਕ ਕਹਾਵਤ ਹੈ, ਉਹ ਕਹਿੰਦੇ ਵਾਲ ਕਟਾਉਣ ਵਾਲੇ ਕੋਲ ਕੋਈ ਗਿਆ ਸੀ, ਉਹ ਕਹਿੰਦਾ ਜੀ ਵਾਲ ਕਿੱਡੇ ਕਿੱਡੇ ਕਿਨੇ, ਉਹ ਕਹਿੰਦਾ ਬਸ 2 ਮਿੰਟ ਠਹਿਰ, ਹੁਣ ਤੇਰੇ ਮੂਹਰੇ ਹੀ ਡਿੱਗ ਜਾ ਰਹੇ ਨੇ, ਤੂੰ ਹੀ ਦੇਖ ਲਈ, ਤੇ ਹੁਣ ਵਾਲੇ ਦਿਨ ਰਹੇ ਨਹੀਂ। ਇਹਦੇ 'ਚ ਮੇਰਾ ਖਿਆਲ ਹੈ ਭਵਿੱਖਬਾਣੀ ਕਰਨ ਤੋਂ ਬਚਣਾ ਹੀ ਚਾਹੀਦਾ ਹੈ। ਆਪਾਂ ਨੂੰ ਓਨਾ ਨਹੀਂ ਪਤਾ, ਕੋਈ ਸਰਵੇ ਕਰਕੇ ਰਿਜ਼ਲਟ ਕੱਢੀਏ ਠੀਕ ਹੈ, ਜੱਜਮੈਂਟ ਦੇ ਤੌਰ ਤੇ ਏਦਾਂ ਜੱਜਮੈਂਟ ਦੇਣੀ ਕਿ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ, ਮੇਰਾ ਖਿਆਲ ਹੈ ਇਹ ਇਹ ਸਿਆਣਪ ਨਹੀਂ। ਹਾਂ ਮੁਕਾਬਲਾ ਗਹਿਗਾ ਚਾਹੀਦਾ ਜੀ ਪੰਜਾਬ ਦੇ ਵਿੱਚ, ਕਿਤੇ 4 ਕੋਨਾ ਕਿਤੇ 5 ਕੋਨਾ,
ਇਸ ਕਿਸਮ ਦਾ ਮੁਕਾਬਲਾ ਹੈ ਤੇ ਉਹ ਮੁਕਾਬਲੇ ਚ ਦੇਖੋ ਕੀ ਨਿਕਲਦਾ ਹੈ, ਸਮਾਂ ਦੱਸੇਗਾ। ਪਰੰਤੂ ਇਹ ਗੱਲ ਸਾਫ਼ ਹੈ ਕਿ ਜਦੋਂ ਵੀ ਪੋਲ ਪਰਸੈਂਟੇਜ ਆ ਜਾਊਗੀ, ਕੌਣ ਜਿੱਤਦਾ ਕੌਣ ਹਾਰਦਾ ਉਹ ਵੱਖਰੀ ਗੱਲ ਹੈ, ਬੀਜੇਪੀ ਤੇ ਅਕਾਲੀ ਦਲ ਇਹ ਪੋਲ ਪਰਸੈਂਟੇਜ ਦਾ ਖਾਸਾ ਨੀਵਾਂ ਰਹਿਣਗੇ ਦੂਜਿਆਂ ਨਾਲੋਂ, ਇਹ ਦਿਖਾਈ ਦੇ ਰਿਹਾ। ਜੀ ਜੀ ਬਿਲਕੁਲ ਬਿਲਕੁਲ। ਸੋ ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸੋਹਣਾ ਵਿਸ਼ਲੇਸ਼ਣ, ਧੰਨਵਾਦ। ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ। ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ।